ਸਾਨੂੰ ਬਖਸ਼ਣ ਗੁਰੂ ਪਾਤਸ਼ਾਹ ਦੀ ਪਾਵਨ
ਅਸੀਂ ਪਿਆਰ ਸ਼ਬਦ ਅਤੇ ਸਰਕਾਰ ਦੇ ਨਾਲ ਪੜੀਏ ਮੈਂ ਬੇਨਤੀ ਕਰਦਾ ਇੱਕ ਭਾਵਨਾ ਬਣ ਜਾਏ ਸਾਡੀ ਬਾਣੀ ਕੋਈ ਪੋਥੀ ਨਹੀਂ ਕੋਈ ਗ੍ਰੰਥ ਨਹੀਂ ਔਰ ਸਤਿਗੁਰੂ ਪਾਤਸ਼ਾਹ ਨੇ ਪਾਵਨ ਬਾਣੀ ਦਾ ਖਿਤਾਬ ਆ ਕਿਹਾ ਜਿਹੜਾ ਉਹ ਬਹੁਤ ਉੱਚਾ ਰੱਖਿਆ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਸ ਜੀਵਨ ਅਵਰ ਨਾ ਹੋਏ ਬਾਣੀ ਰੱਬ ਹੈ ਬਾਣੀ ਨਿਰੰਕਾਰ ਹੈ ਇਹ ਭਾਵਨਾ ਲੈ ਕੇ ਅਸੀਂ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਆਈਏ ਵੀ ਰੱਬ ਦੀ ਸ਼ਬਦ ਰੱਬ ਦੀ ਗੋਦ ਵਿੱਚ ਬੈਠੇ ਹਾਂ ਅਸੀਂ ਇਹ ਭਾਵਨਾ ਬਣ ਜਾਏ ਆਓ ਇਹਦਾ ਸ਼ਬਦਾਂ ਨਾਲ ਮੈਨੇਜਮੈਂਟ ਦਾ ਬਹੁਤ ਧੰਨਵਾਦ ਆਉਣ ਵਾਲਾ ਜੱਥਾ ਬਹੁਤ ਹੀ ਪਿਆਰ ਵਾਲਾ ਹੈ ਸਤਿਕਾਰਯੋਗ ਗਿਆਨੀ ਗੁਰਨਾਮ ਸਿੰਘ ਜੀ ਮੋਹੀ ਚੰਡੀਗੜ੍ਹ ਵਾਲੇ ਆਪ ਸੰਗਤਾਂ ਦੇ ਨਾਲ ਢਾਡੀ ਇੱਥੇ ਸਮੇਤ ਹਾਜ਼ਰ ਨੇ ਬਹੁਤ ਸਾਰਾ ਪਿਆਰ ਉਹਨਾਂ ਵੱਲੋਂ ਢਾਡੀ ਇੱਥੇ ਭੇਜਿਆ ਗਿਆ ਧੰਨਵਾਦ ਅਗਲਾ ਪ੍ਰੋਗਰਾਮ ਸੈਕਟਰੀ ਸਾਹਿਬ ਸਰਪਟ ਕਰਵਾਉਣਗੇ ਦਿਓ ਫਤਿਹ ਦੀ ਅਸੀਸ ਆਖੋ ਗੱਡ ਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਇਸੇ ਪਾਤਸ਼ਾਹ ਜੀ ਦੇ ਪਾਵਨ ਅਸਥਾਨਾਂ ਦੇ ਉੱਪਰ ਸ਼ਰਧਾ ਸਤਿਕਾਰ ਦੇ ਨਾਲ ਨਤਮਸਤਕ ਹੋਣ ਵਾਸਤੇ ਪਹੁੰਚ ਰਹੀਆਂ ਦੂਰੋਂ ਨੇੜੀਆਂ ਸਾਰੀਆਂ ਹੀ ਸਿੱਖ ਸੰਗਤਾਂ ਮਹਾਰਾਜ ਕਿਰਪਾ ਕਰੇ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰੇ ਚੜ੍ਹਦੀ ਕਲਾ ਦੇ ਰੋਗਤਾ ਤੰਦਰੁਸਤੀ ਦੀਆਂ ਦਾਤਾਂ ਸਭਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਸਰਦਾਰ ਜਗਤਾਰ ਸਿੰਘ ਜੀ ਨਗਰ ਪੁਰਾਣੀ ਤੋਂ ਜੋ ਕਿ ਆਪਣੇ ਇਲਾਕੇ ਦੇ ਅੰਦਰ ਬੱਚਿਆਂ ਨੂੰ ਦਸਤਾਰ ਔਰ ਗੁਰਮੁਖੀ ਦੇ ਨਾਲ ਜੋੜਨ ਵਾਸਤੇ ਬਹੁਤ ਉਪਰਾਲੇ ਕਰਦੇ ਨੇ ਕੱਲ ਵੀ ਜਿਹੜਾ ਇਸ ਸਥਾਨ ਦੇ ਉੱਪਰ ਸੁੰਦਰ ਦਸਤਾਰ ਮੁਕਾਬਲਾ ਹੋਇਆ ਉਹਦਾ ਵੀ ਇਹਨਾਂ ਨੇ ਸਾਰਾ ਲਾਈਵ ਕਵਰੇਜ ਕੀਤਾ ਹੈ ਤੇ ਅੱਜ ਵੀ ਸਾਡੇ ਵਿਚਕਾਰ ਪਹੁੰਚੇ ਹਨ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਮੇਰੇ ਵੀਰ ਨੂੰ ਚੜ੍ਹਦੀ ਕਲਾ ਦੇਹ ਰੋਗ ਦਾ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਦਾ ਨਾਲ ਹੀ ਬੇਨਤੀ ਕਰਾਂਗੇ ਸਤਿਕਾਰਯੋਗ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਹੈਡ ਗ੍ਰੰਥੀ ਗੁਰਦੁਆਰਾ ਸਾਹਿਬ ਉਹਨਾਂ ਨੂੰ ਬੇਨਤੀ ਹੈ ਵੀ ਭਾਈ ਜਗਤਾਰ ਸਿੰਘ ਹੋਰਾਂ ਨੂੰ ਗੁਰੂ ਘਰ ਵੱਲੋਂ ਸਰਪਾਉ ਦੀ ਬਖਸ਼ਿਸ਼ ਕਰਨ ਦੀ ਕਿਰਪਾਲਤਾ ਕਰਨ ਆਓ ਹੁਣ ਸਾਡੇ ਬਹੁਤ ਹੀ ਸਤਿਕਾਰਤ ਗਿਆਨੀ ਗੁਰਨਾਮ ਸਿੰਘ ਜੀ ਮੋਹੀ ਚੰਡੀਗੜ੍ਹ ਵਾਲੇ ਉਹ ਸਾਡੇ ਦਰਮਿਆਨ ਪਹੁੰਚ ਚੁੱਕੇ ਹਨ 2:50 ਤੱਕ ਆਪ ਜੀ ਨੂੰ ਗੁਰੂ ਕਾ ਜਸ ਢਾਡੀ ਵਾਰਾਂ ਦੇ ਰੂਪ ਵਿੱਚ ਸਰਵਣ ਕਰਾਉਣਗੇ ਇਕਾਗਰਤਾ ਦੇ ਨਾਲ ਉਹਨਾਂ ਪਾਸੋਂ ਗੁਰੂ ਕਾ ਜਸ
Thank you.
ਅੱਜ ਜਿਹੜਾ ਸਲਾਨਾ ਜੋੜ ਮੇਲਾ ਹੋਇਆ ਜੀ ਉਹਦੇ ਤੇ ਦਸਤਾਰਬੰਦੀ ਮੁਕਾਬਲਾ ਵੀ ਹੋਇਆ ਤੇ ਕੱਲ ਦਸਤਾਰਬੰਦੀ ਮੁਕਾਬਲਾ ਸੀ ਤੇ ਅੱਜ ਢਾਡੀ ਦਰਬਾਰ ਵੀ ਸੀਗਾ ਤੇ ਸੰਗਤਾਂ ਨੂੰ ਕੀ ਸੰਦੇਸ਼ ਆ ਰੋ ਮਿਰਜ ਸਾਹਿਬ ਗੁਰੂ ਘਰ ਵੱਲੋਂ ਸਭ ਤੋਂ ਪਹਿਲਾਂ ਤਾਂ ਸਮੂਹ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਥਾਨ ਸੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਚਰਨ ਸੋ ਪ੍ਰਾਪਤ ਧਰਤੀ ਤੇ 1953 ਤੋਂ ਲੈ ਕੇ ਅੱਜ ਤੱਕ ਹਰ ਸਾਲ 12, 13, 14 ਅਗਸਤ ਨੂੰ ਬੜੀ ਸ਼ਰਧਾ ਤੇ ਸਤਿਕਾਰ ਸਹਿਤ ਦੇਸ਼ ਵਿਦੇਸ਼ ਦੀਆਂ ਸੰਗਤਾਂ ਆ ਕੇ ਲੱਖਾਂ ਦੀ ਤਾਦਾਦ ਦੇ ਵਿੱਚ ਇਹ ਜੋੜ ਮੇਲਾ ਮਨਾਉਂਦੀਆਂ ਨੇ ਇਸ ਜੋੜ ਮੇਲੇ ਦੇ ਵਿੱਚ ਦਸਤਾਰ ਮੁਕਾਬਲੇ ਵੀ ਕਰਵਾਏ ਗਏ ਢਾਡੀ ਦਰਬਾਰ ਵੀ ਹੋਏ ਲੰਗਰ ਵੀ ਲਾਏ ਗਏ ਜਲੇਬੀਆਂ ਦੇ ਲੰਗਰ ਪਕੌੜਿਆਂ ਦੇ ਲੰਗਰ ਇਹ ਸਾਰੇ ਇਸ ਸੰਗਤ ਦੇ ਸਹਿਯੋਗ ਨਾਲ ਲੱਸੀ ਦਾ ਲੰਗਰ ਜਲ ਜੀਰੇ ਦਾ ਲੰਗਰ ਅਤੇ ਮੈਂ ਇਸ ਗੁਰੂ ਘਰ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਅਸੀਂ ਆਪਣੇ ਵੱਲੋਂ ਕਾਰ ਪਾਰਕਿੰਗ ਲਾਈਟਿੰਗ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਨੇ ਪਰੰਤੂ ਫਿਰ ਵੀ ਬਹੁਤ ਵੱਡਾ ਪ੍ਰਬੰਧ ਹੈ ਕਿਸੇ ਪ੍ਰਕਾਰ ਦੀ ਕੋਈ ਉਮਤਾਈ ਰਹਿ ਗਈ ਹੋਵੇ ਮੈਂ ਸੰਗਤਾਂ ਤੋਂ ਇਸ ਗੁਰੂ ਘਰ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਮੈਂ ਮਾਫ਼ੀ ਮੰਗਦਾ ਅੱਗੇ ਤੋਂ ਕੋਸ਼ਿਸ਼ ਕਰਾਂਗੇ ਹੋਰ ਵੀ ਇਦੋਂ ਵਧੀਆ ਤਰੀਕੇ ਦੇ ਨਾਲ ਇਹਨਾਂ ਸੰਗਤਾਂ ਦੇ ਸਹਿਯੋਗ ਦੇ ਨਾਲ ਵਧੀਆ ਤੋਂ ਵਧੀਆ ਪ੍ਰਬੰਧ ਕੀਤਾ ਜਾਵੇ ਅਤੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਮੈਂ ਅਰਦਾਸ ਬੇਨਤੀ ਕਰਦਾ ਵੀ ਜਿਨ੍ਹਾਂ ਵੀ ਸਾਰੀਆਂ ਸੰਗਤਾਂ ਆਈਆਂ ਨੇ ਜੋ ਇਸ ਸਥਾਨ 'ਤੇ ਨਤਮਸਤਕ ਹੋਈਆਂ ਨੇ ਗੁਰੂ ਸਾਹਿਬ ਉਹਨਾਂ ਦੀਆਂ ਸਾਰੀਆਂ ਦੀਆਂ ਝੋਲੀਆਂ ਭਰਨ ਉਹਨਾਂ ਦੇ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਰਹੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਅਤੇ ਜਿਹੜੀਆਂ ਸੰਗਤਾਂ ਨੇ ਜਿਨ੍ਹਾਂ ਨੇ ਸਾਰੇ ਲੰਗਰ ਲਾਏ ਜਲੇਬੀਆਂ ਦੇ ਲਾਏ ਪਕੌੜਿਆਂ ਦੇ ਲਾਏ ਲੱਸੀ ਦੇ ਲਾਏ ਮੈਡੀਕਲ ਕੈਂਪ ਲਾਇਆ ਉਹਨਾਂ ਨੇ ਬਹੁਤ ਸੰਗਤਾਂ ਨੂੰ ਦਵਾਈ ਬੂਟੀ ਜਿਹੜੀ ਲੋੜ ਹੈ ਉਹ ਦਿੱਤੀ ਉਹਨਾਂ ਦੇ ਵੱਲੋਂ ਮੈਂ ਮਤਲਬ ਇਸ ਗੁਰੂ ਘਰ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਸਾਰੀਆਂ ਸੰਗਤਾਂ ਦਾ ਆਪਣੇ ਤਹਿ ਦਿਲ ਤੋਂ ਆਪਣੇ ਸਮੁੱਚੇ ਸਟਾਫ ਵੱਲੋਂ ਰੋਮ ਰਾਮ ਕਰਕੇ ਰਿਣੀ ਹਾਂ ਅਤੇ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਹੈ ਵੀ ਇਹਨਾਂ ਸਾਰੀਆਂ ਸਭਾ ਸੁਸਾਇਟੀਆਂ ਸੇਵਾ ਵਾਲਿਆਂ ਨੂੰ ਗੁਰੂ ਮਹਾਰਾਜ ਇਸੇ ਤਰ੍ਹਾਂ ਸੇਵਾ ਦੀ ਬਲ ਬੁੱਧੀ ਬਖਸ਼ਦੇ ਰਹਿਣ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਅਤੇ ਇੱਥੋਂ ਗੁਰੂ ਘਰ ਵੱਲੋਂ ਕੁਛ ਹੋਰ ਜਿਹੜੇ ਜਿਵੇਂ ਆਪਾਂ ਦਸਤਾਰਬੰਦੀ ਮੁਕਾਬਲਾ ਕੀਤਾ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਅਤੇ ਉੱਥੋਂ ਉਪਰਾਲਾ ਚੱਲਦਾ ਕੋਈ ਇੱਥੋਂ ਮੈਸੇਜ ਦੇਣਾ ਚਾਹੁੰਦੇ ਜਿਵੇਂ ਇੱਦਾਂ ਆਪਣੇ ਕੋਲ ਦਸਤਾਰਬੰਦੀ ਮੁਕਾਬਲਾ ਹੋਇਆ ਅਤੇ ਕੁਛ ਇਸ ਗੁਰੂ ਘਰ ਵੱਲੋਂ ਵੀ ਕੋਈ ਇੱਦਾਂ ਦਾ ਮੈਸੇਜ ਜਾਣਾ ਚਾਹੀਦਾ ਇੱਥੋਂ ਕਿਉਂਕਿ ਜਿਹੜਾ ਮੇਰੀ ਹਾਂਜੀ ਇਸ ਗੁਰੂ ਘਰ ਦਾ ਮੁੱਖ ਸੇਵਾ ਹੋਣ ਦੇ ਨਾਤੇ ਹੱਥ ਬੰਨ ਕੇ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਵੀ ਜਿਹੜੀ ਨਸ਼ਿਆਂ ਦੀ ਲਹਿਰ ਪੱਤਤ ਪੁਣੇ ਦੀ ਲਹਿਰ ਜਿਹੜੀ ਚੱਲੀ ਹੋਈ ਹੈ ਇਹਨੂੰ ਠੱਲ ਤਾਂ ਹੀ ਪਾ ਜਾ ਸਕਦੀ ਹੈ ਜੇ ਆਪਣੇ ਇਸ ਤਰ੍ਹਾਂ ਦੇ ਜੋੜ ਮੇਲਿਆਂ ਦੇ ਵਿੱਚ ਆਪਣੇ ਬੱਚਿਆਂ ਨੂੰ ਲਿਆਂਦਾ ਜਾਵੇ ਅਤੇ ਉਹਨਾਂ ਨੂੰ ਜਿਵੇਂ ਕੱਲ੍ਹ ਦਸਤਾਰ ਮੁਕਾਬਲਾ ਜਿਹੜਿਆਂ ਨੇ ਪਾਰਟੀਸਪੇਟ ਕੀਤਾ ਉਹਨਾਂ ਨੇ ਤਾਂ ਕੀਤਾ ਹੀ ਕੀਤਾ ਹੋਰ ਬੱਚਿਆਂ ਦੇ ਵਿੱਚ ਵੀ ਉਤਸ਼ਾਹ ਵਧੇ ਮੇਰੀ ਬੇਨਤੀ ਹੈ ਸਾਰੇ ਬੱਚਿਆਂ ਨੂੰ ਵੀ ਉਹ ਗੁਰਸਿੱਖੀ ਨਾਲ ਜੁੜਨਾ ਬਾਣੀ ਨਾਲ ਜੁੜਨ ਆਪਣੇ ਪਿੰਡ ਦੇ ਗੁਰੂ ਘਰਾਂ ਦੇ ਵਿੱਚ ਸੰਥਿਆ ਲੈਣ ਬਾਣੀ ਨਾਲ ਜੁੜਨ ਸਿੱਖ ਇਤਿਹਾਸ ਨਾਲ ਜੁੜਨ ਅਤੇ ਜਦੋਂ ਇੱਕ ਬੱਚਾ ਛੋਟਾ ਬੱਚੇ ਦਾ ਮਨ ਹੈ ਜਿਹੜਾ ਉਹ ਕੋਰੇ ਕਾਗਜ਼ ਵਰਗਾ ਹੁੰਦਾ ਹੈ ਜਦੋਂ ਬੱਚਾ ਬਾਣੀ ਦੇ ਨਾਲ ਜੁੜ ਗਿਆ ਉਹ ਕਦੇ ਸਾਰੀ ਜ਼ਿੰਦਗੀ ਆਪਣੀ ਕਿਉਂਕਿ ਕੱਲ੍ਹ ਮੈਂ ਇੱਥੇ ਬੱਚੇ ਦੇਖੇ ਨੇ ਖੰਨੇ ਤੋਂ ਸੀ ਉਹਨਾਂ ਨੇ ਪਰਨ ਕਰਕੇ ਗਏ ਨੇ ਇੱਕ 5 ਸਾਲ ਦਾ ਬੱਚਾ ਸੀਗਾ ਉਹਦੀ ਮਾਤਾ ਨੇ ਦਸਤਾਰ ਬਣਾਈ ਉਹਦੇ ਸਿਰ 'ਤੇ ਕੇਸ ਉਹਦੇ ਰੱਖੇ ਨਹੀਂ ਤੇ ਫਿਰ ਵੀ ਉਹ ਪਰਨ ਗਿਆ ਬਹੁਤ ਵੱਡਾ ਉਪਰਾਲਾ ਤੁਹਾਡਾ ਜਿਹੜਾ ਤੁਸੀਂ ਬਹੁਤ ਵੱਡਾ ਕਦਮ ਹੈ ਜਿਹੜਾ ਤੁਸੀਂ ਗਾਂਹ ਵਧਾਓ ਸਿੱਖੀ ਦਾ ਪ੍ਰਚਾਰ ਕਰ ਰਹੇ ਹੋ ਧੰਨਵਾਦ ਮਨੇਜਰ ਸਾਹਿਬ ਤੁਹਾਡਾ ਅਤੇ ਤੁਹਾਡੀ ਪੂਰੀ ਟੀਮ ਦਾ ਕਿਉਂਕਿ ਬਾਈ ਜੀ ਉਹਨਾਂ ਦਾ ਮੈਂ ਲੱਸੀ ਦਾ ਸਟਾਲ ਵੀ ਦੇਖਿਆ ਉੱਥੇ ਜਿਹੜਾ ਲੰਗਰ ਲੱਗਿਆ ਹੋਇਆ ਸੀ ਬਹੁਤ ਤਰੀਕੇ ਨਾਲ ਲੱਸੀ ਵਧੀਆ ਲੱਸੀ ਦਾ ਬਣਾਇਆ ਹੋਇਆ ਸੀ ਪ੍ਰੋਗਰਾਮ ਕਿਉਂਕਿ ਛੇਵੇਂ ਪਾਤਸ਼ਾਹ ਦੀ ਅਪਾਰ ਕਿਰਪਾ ਕਿਉਂਕਿ ਸੰਗਤ ਇੰਨੀ ਜੁੜੀ ਹੋਈ ਸੰਗਤ ਕਿਉਂਕਿ ਸੇਵਾ ਦੇ ਨਾਲ ਇਹ ਭਾਵਨਾ ਦੇ ਨਾਲ ਜੁੜਦੀ ਆ ਨਹੀਂ ਤਾਂ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਬਹੁਤ ਗੁਰੂ ਘਰਾਂ 'ਚ ਸੇਵਾਦਾਰਾਂ ਦੀ ਬਹੁਤ ਘਾਟ ਹੁੰਦੀ ਆ ਧੰਨਵਾਦ ਮੈਨੇਜਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ